ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿਸ ਵਿਸ਼ੇ ਤੇ ਰੱਖੀ ਗਈ ਹੈ? ਮੇਰਾ ਨਾਮ ਰੇਸ਼ਮ ਸਿੰਘ ਗਿੱਲ। ਅੱਜ ਦਾ ਪ੍ਰੋਗਰਾਮ ਜਿਹੜਾ ਵਾ ਪੰਜਾਬ ਰੋਡਵੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਰੋਡਵੇ ਪਨਬਸ PRTC ਕੰਟਰੈਕਟ ਕਾਟਰ ਕਰ ਰਹੀ ਹੈ। ਹਾਂਜੀ, ਮੇਰਾ ਨਾਮ ਰੇਸ਼ਮ ਸਿੰਘ ਗਿੱਲ, ਸੂਬਾ ਪ੍ਰਧਾਨ ਪੰਜਾਬ ਰੋਡਵੇ ਪਨਬਸ PRTC ਕੰਟਰੈਕਟ ਵਰਕਰ ਯੂਨੀਅਨ ਪੰਜਾਬ। ਸੋ ਅੱਜ ਅਸੀਂ ਸੂਬਾ ਪੱਧਰੀ ਮੀਟਿੰਗ ਜਲੰਧਰ ਦੇ ਬੱਸ ਸਟੈਂਡ ਵਿਖੇ ਕੀਤੀ ਆ। ਸੋ ਇਸ ਮੀਟਿੰਗ ਵਿੱਚ ਜਿਹੜੇ ਪਿਛਲੇ ਦਿਨੀ ਸਾਡੀਆਂ ਮੀਟਿੰਗਾਂ ਹੋਈਆਂ ਸੀ ਪੰਜਾਬ ਸਰਕਾਰ ਨਾਲ, ਚਾਹੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਨਵਾਂ ਬਣਿਆ ਮੁੱਖ ਮੰਤਰੀ ਚਰਨਜੀਤ ਚੰਨੀ ਆ, ਉਹਨਾਂ ਨਾਲ, ਚਾਹੇ ਟਰਾਂਸਪੋਰਟ ਮਿਨਿਸਟਰ ਰਾਜਾ ਵੜਿੰਗ ਜੀ ਨਾਲ। ਸੋ ਵੱਖ ਵੱਖ ਸਮੇਂ ਅਸੀਂ ਮੀਟਿੰਗਾਂ ਕੀਤੀਆਂ। ਲਾਸਟ ਮੀਟਿੰਗ ਸਾਡੀ 22 ਨਵੰਬਰ ਨੂੰ ਹੋਈ ਸੀ, ਜਿਸ ਮੀਟਿੰਗ 'ਚ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਜਿਹੜੀ 11 ਨਵੰਬਰ ਤੋਂ ਕਰਨੀ ਸੀ ਉਹਨੂੰ ਪੋਸਟਪੋਨ ਕੀਤਾ ਸੀ। ਉਸ ਮੀਟਿੰਗ 'ਚ ਮੰਤਰੀ ਨੇ ਸਾਡੇ ਨਾਲ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਇਹ ਸਹਿਮਤੀ ਜਤਾਈ ਸੀ, ਸਾਡੀ ਉਸ ਗੱਲ 'ਤੇ ਸਹਿਮਤੀ ਹੋਈ ਸੀ ਕਿ ਕੱਚੇ ਮੁਲਾਜ਼ਮ ਜਿਹੜੇ ਨੇ ਉਹ ਪਨਬਸ ਦੇ ਵਿੱਚ ਜਾਂ PRTC ਦੇ ਵਿੱਚ ਜਿੰਨੇ ਵੀ ਕੰਮ ਕਰਦੇ ਆ ਉਹਨਾਂ ਨੂੰ ਵਿਭਾਗਾਂ 'ਚ ਪੱਕੇ ਕੀਤਾ ਜਾਏਗਾ, ਅਤੇ ਪਹਿਲੀ ਕੈਬਨਿਟ ਜਿਹੜੀ ਵੀ ਆਏਗੀ ਉਸ ਕੈਬਨਿਟ 'ਚ ਉਹਨਾਂ ਦਾ ਫੈਸਲਾ ਕਰਕੇ ਤੁਰੰਤ ਰੈਗੂਲਰ ਕਰਾਂਗੇ। ਸੋ ਪਹਿਲੀ ਕੈਬਨਿਟ 1 ਤਰੀਕ ਨੂੰ ਲੰਘੀ, ਉਸ ਵਿੱਚ ਸਾਡਾ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ, ਨਾ ਪਨਬਸ ਨਾ PRTC ਦਾ। ਸੋ ਉਸ ਸੰਬੰਧ 'ਚ ਅਸੀਂ 2 ਤਰੀਕ ਨੂੰ ਬੱਸ ਸਟੈਂਡ ਬੰਦ ਕੀਤੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਸੋਂ ਰੋਜ਼ ਤੋਂ 7 ਤਰੀਕ ਤੋਂ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਜਾ ਰਹੇ ਹਾਂ। ਉਸ ਦੇ ਜਾਇਜ਼ੇ ਵਜੋਂ ਅਸੀਂ ਪੰਜਾਬ ਦੇ 27 ਡਿਪੂਆਂ ਦੇ ਪ੍ਰਧਾਨ ਸੈਕਟਰੀ ਬੁਲਾ ਕੇ ਪੂਰੇ ਡਿਪੂਆਂ ਦੀ ਸਥਿਤੀ ਜਿਹੜੀ ਇੱਥੇ ਸੀ ਉਹ ਵਾਚੀ ਆ। ਸੋ ਨਾਲ ਦੀ ਨਾਲ ਸਰਕਾਰ ਨੂੰ ਸਾਡੀ ਚੇਤਾਵਨੀ ਆ ਕਿ ਸਰਕਾਰ ਇੱਕ ਪਾਸੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰਦੀ ਆ, ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕਰਦੀ ਆ, ਦੂਜੇ ਪਾਸੇ ਸੰਘਰਸ਼ ਕਰ ਰਹੇ ਰੁੱਖਾਂ ਦੇ ਉੱਤੇ ਪਰਚੇ ਪਾਉਣ ਦੀ ਸਰਕਾਰ ਵੱਲੋਂ ਪ੍ਰਕਿਰਿਆ ਆਰੰਭੀ ਗਈ ਆ, ਅਤੇ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਮਹਿਕਮੇ ਦੇ ਉਹਨਾਂ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਕਿ ਤੁਹਾਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਏਗਾ। ਸੋ ਲੰਮੇ ਸਮੇਂ ਤੋਂ ਅਸੀਂ ਠੇਕੇਦਾਰੀ ਸਿਸਟਮ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ। ਸੋ ਸਾਡੀ ਅਪੀਲ ਹੈ ਸਰਕਾਰ ਨੂੰ ਕਿ ਸਰਕਾਰ ਤੁਰੰਤ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ, ਪਰਚਿਆਂ ਦੇ ਜਾਂ ਹੋਰ ਰਾਹ ਜਿਹੜੇ ਨੇ ਉਹ ਛੱਡੇ ਸਰਕਾਰ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਮੁੱਚੀਆਂ ਜਥੇਬੰਦੀਆਂ ਰੋਡਵੇ ਦੇ ਹੱਕ ਦੇ ਵਿੱਚ, PRTC ਦੇ ਹੱਕ ਦੇ ਵਿੱਚ ਨਿੱਤਰ ਰਹੀਆਂ, ਅਤੇ ਆਉਣ ਵਾਲੇ ਦਿਨਾਂ ਦੇ ਤਿੱਖੇ ਸੰਘਰਸ਼ ਲੀਕਾਂਗੇ। ਸੋ ਸਾਡੀ ਮੰਗ ਹੈ ਜਿਹੜੀ ਉਹ ਜਨਤਕ ਮੰਗ ਆ ਕਿ ਜਨਤਾ ਨੂੰ 10,000 ਸਰਕਾਰੀ ਬੱਸ ਦਿੱਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਜਿਹੜੀਆਂ ਰਹਿੰਦੀਆਂ ਪੋਸਟਾਂ ਉਹਨਾਂ 'ਤੇ ਸਰਕਾਰੀ ਨੌਕਰੀ ਦਿਓ ਪੰਜਾਬ ਦੇ ਨੌਜਵਾਨਾਂ ਨੂੰ। ਸੋ ਇਸ ਮੰਗ 'ਤੇ ਸਰਕਾਰ ਜਿਹੜੀ ਆ ਉਹ ਆਪਣਾ ਜਿਹੜਾ ਦੋਹਰਾ ਚਿਹਰਾ ਹੈ ਉਹਨੂੰ ਸਾਫ਼ ਕਰੇ ਅਤੇ ਕਲੀਅਰ ਕਰੇ ਕਿ ਉਹ ਮੁਲਾਜ਼ਮਾਂ ਨੂੰ ਪੱਕੇ ਕਰਨ ਜਾਂ ਲੋਕਾਂ ਦੇ ਹੱਕ ਦੇ ਵਿੱਚ ਆ ਜਾਂ ਲੋਕਾਂ ਦੇ ਵਿਰੋਧ ਦੇ ਵਿੱਚ ਆ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਮੈਂ 36,000 ਮੁਲਾਜ਼ਮ ਪੱਕੇ ਕਰਤੇ, ਮੈਂ ਮੁਲਾਜ਼ਮ ਪੱਕੀ ਹਾਂ, ਦੂਜੇ ਪਾਸੇ ਮੁਲਾਜ਼ਮਾਂ 'ਤੇ ਨਜਾਇਜ਼ ਪਰਚੇ ਪਾਉਣ ਦੀ ਪ੍ਰਕਿਰਿਆ ਜਿਹੜੀ ਆਰੰਭੀ ਆ ਇਹਨੂੰ ਤੁਰੰਤ ਰੋਕਿਆ ਜਾਵੇ, ਨਜਾਇਜ਼ ਪਰਚੇ ਰੱਦ ਕੀਤੇ ਜਾਣ, ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 7 ਤਰੀਕ ਨੂੰ ਅਣਮਿੱਥੇ ਸਮੇਂ ਦੀ ਹੜਤਾਲ ਆ, 8 ਤਰੀਕ ਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਚਰਨਜੀਤ ਚੰਨੀ ਸਾਡਾ ਮੁੱਖ ਮੰਤਰੀ ਬਣਿਆ ਨਵਾਂ, ਉਹਦੀ ਰਹਿਸ਼ ਅੱਗੇ ਪੱਕਾ ਧਰਨਾ ਦੇਵਾਂਗੇ ਅਤੇ ਉਹਨੂੰ ਘੇਰ ਕੇ ਆਉਣ ਵਾਲੇ ਦਿਨਾਂ 'ਚ ਉਹਨੂੰ ਸ਼ਹਿਰਾਂ ਪਿੰਡਾਂ 'ਚੋਂ ਨਿਕਲਣਾ ਬੰਦ ਕਰ ਦਿੱਤਾ ਜਾਏਗਾ। 7 ਤਰੀਕ ਨੂੰ ਲਗਭਗ ਫਾਜ਼ਿਲਕਾ ਜ਼ਿਲ੍ਹੇ 'ਚ ਆਉਣ ਦੀ ਸਥਿਤੀ ਆਉਣ ਦੀ ਸੰਭਾਵਨਾ ਹੈ, ਉੱਥੋਂ ਦਾ ਸਾਡਾ ਪ੍ਰੋਗਰਾਮ ਲਿਖਿਆ ਗਿਆ ਕਿ ਫਾਜ਼ਿਲਕਾ ਜ਼ਿਲ੍ਹੇ 'ਚ ਵੀ ਅਸੀਂ ਆਪਣਾ ਜਿੰਨਾ ਪ੍ਰੋਟੈਸਟ ਹੋ ਸਕਿਆ ਜਥੇਬੰਦੀ ਵੱਲੋਂ, ਕਿਉਂਕਿ 7 ਹੜਤਾਲ 'ਤੇ ਹਾਂ, ਅਸੀਂ ਉਹਦਾ ਵਿਰੋਧ ਕਰਾਂਗੇ। ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਮੰਤਰੀਆਂ ਸੰਤਰੀਆਂ ਨੂੰ ਅਸੀਂ ਹਲਕਿਆਂ 'ਚੋਂ ਵੜਨਾ ਮੁਸ਼ਕਲ ਕਰ ਦਾਂਗੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ। ਸਰ, ਜਿਹੜੀ ਇਹ FIR ਦੀ ਗੱਲ ਕੀਤੀ ਜਾ ਰਹੀ ਹੈ ਕਿ ਕਈ ਪਰਚੇ ਦਿੱਤੇ ਗਏ, 2 ਘੰਟੇ ਦੀ ਹੜਤਾਲ ਜਿਹੜੀ ਤੁਹਾਡੇ ਵੱਲੋਂ ਕੀਤੀ ਗਈ ਸੀ, ਕਿੰਨੇ ਕੁ ਸਾਥੀ ਹੈਗੇ ਜਿਨ੍ਹਾਂ 'ਤੇ ਪਰਚੇ ਦਿੱਤੇ ਗਏ? ਦੇਖੋ, ਪੰਜਾਬ ਸਰਕਾਰ ਨੇ ਅਣਪਛਾਤੇ ਲੋਕਾਂ ਦੇ ਪਰਚੇ ਦਰਜ ਕੀਤੇ ਆ। ਦੂਸਰੀ ਵੱਡੀ ਗੱਲ ਇਹ ਆ ਕਿ ਜਦੋਂ ਕੋਈ ਪ੍ਰਾਈਵੇਟ ਬੱਸ ਸਟੈਂਡਾਂ ਨੂੰ ਬੰਦ ਕਰਦੇ ਉਦੋਂ ਕੋਈ ਪਰਚਾ ਨਹੀਂ, ਸਰਕਾਰ ਨੇ ਬੱਸ ਸਟੈਂਡ ਜਿਹੜੇ ਠੇਕੇ 'ਤੇ ਦਿੱਤੇ ਹੋਏ ਆ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਆ, ਪਰ ਜਨਰਲ ਮੈਨੇਜਰਾਂ ਤੋਂ ਪਰਚੇ ਦਵਾਏ ਜਾ ਰਹੇ ਆ। ਇਹ ਸਿੱਧਾ ਸਿੱਧਾ ਜਥੇਬੰਦੀ 'ਤੇ ਅਟੈਕ ਆ, ਪ੍ਰਸ਼ਾਸਨ ਦਾ, ਪੁਲਿਸ ਦਾ, ਨਾਲ ਦੀ ਨਾਲ ਜਿਹੜੀ ਸਰਕਾਰ ਹੈ ਸਰਕਾਰ ਦਾ ਸੰਘਰਸ਼ਾਂ ਨੂੰ ਦਬਾਉਣ ਵਾਸਤੇ। ਸਰਕਾਰ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦੀ ਆ, ਪਰ ਸਰਕਾਰ ਇਹ ਮਨ 'ਚੋਂ ਵਹਿਮ ਕੱਢਦੇ ਕਿ ਮੁਲਾਜ਼ਮ ਇਸ ਜਿਹੜਾ ਰੁੱਖ ਅਖਤਿਆਰ ਕੀਤਾ ਸਰਕਾਰ ਨੇ ਪਰਚਿਆਂ ਦਾ, ਇਹਨਾਂ ਤੋਂ ਡਰ ਕੇ ਮੁਲਾਜ਼ਮ ਆਪਣੇ ਸੰਘਰਸ਼ ਛੱਡ ਦੇਣਗੇ, ਅਸੀਂ ਆਪਣੇ ਰੁਜ਼ਗਾਰ ਨੂੰ ਪੱਕੇ ਕਰਨ ਦੀ ਗੱਲ ਕਰਦੇ ਹਾਂ, ਜਿਹੜੀ ਕਿ ਭਾਰਤੀ ਸੰਵਿਧਾਨ ਸਾਨੂੰ ਜਿਹੜਾ ਰਾਈਟ ਦਿੰਦਾ ਕਿ ਅਸੀਂ ਆਪਣੀ ਗੱਲ, ਆਪਣੀ ਆਵਾਜ਼ ਅਸੀਂ ਰੱਖ ਸਕਦੇ ਹਾਂ। ਸੋ ਅਸੀਂ ਆਪਣੀ ਆਵਾਜ਼ ਰੱਖਾਂਗੇ, ਆਉਣ ਵਾਲੇ ਦਿਨਾਂ 'ਚ ਵੀ ਸੰਘਰਸ਼ ਕਰਾਂਗੇ, ਚਾਹੇ ਸਾਨੂੰ ਰੋਡ ਬਲੋਕ ਕਰਨੇ ਪੈਣ, ਚਾਹੇ ਸਾਨੂੰ ਕੋਈ ਮੰਤਰੀ ਦੇ ਘਰ ਘੇਰਨੇ ਪੈਣ, ਅਸੀਂ ਉਹ ਵੀ ਪ੍ਰੋਗਰਾਮ ਕਰਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਸਰਕਾਰ ਜਿਹੜੇ ਇਹ ਹਿੱਲੇ ਲੈ ਕੇ ਆ ਰਹੀ ਆ ਉਹਨਾਂ ਤੋਂ ਬਾਅਦ ਆ ਜਾਏ ਸਾਡੀ ਇਹ ਚੇਤਾਵਨੀ ਸਰਕਾਰ। ਸਰ, ਤੁਹਾਡੇ ਧਿਆਨ ਦੇ ਵਿੱਚ ਬਿਲਕੁਲ ਨਹੀਂ ਆ ਕੌਣ ਅਣਪਛਾਤੇ ਜਿਹੜੇ ਸਾਥੀ ਹੈਗੇ ਨੇ ਜਿਨ੍ਹਾਂ 'ਤੇ ਪਰਚੇ ਦਿੱਤੇ ਗਏ? ਬਿਲਕੁਲ ਨਹੀਂ ਜੀ, ਸਰਕਾਰ ਅਣਪਛਾਤੇ ਲੋਕਾਂ 'ਤੇ ਪਰਚਾ ਦੇ ਰਹੀ ਆ। ਸੋ ਸਾਡੇ ਵੱਲੋਂ ਕਲੀਅਰ ਆ ਕਿ ਅਸੀਂ ਇਹ ਵਾਲੇ ਜਿਹੜੇ ਪਰਚੇ ਆ ਜੇ ਉਹ ਜਥੇਬੰਦੀਕ ਲੈਵਲ 'ਤੇ ਕਿਸੇ ਲੀਡਰ 'ਤੇ ਪਾਏ ਜਾਂਦੇ ਜਾਂ ਕਿਸੇ ਵਰਕਰ 'ਤੇ ਪਾਏ ਜਾਂਦੇ ਆ, ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਤਿੱਖੇ ਸੰਘਰਸ਼ ਕਰਾਂਗੇ, ਜਿਹਦਾ ਖਮਿਆਜ਼ਾ ਪੰਜਾਬ ਦੀ ਜਿਹੜੀ ਸਰਕਾਰ ਆ ਉਹਨੂੰ ਵੋਟਾਂ 'ਚ ਵੀ ਭੁਗਤਣਾ ਪਏਗਾ, ਅਤੇ ਵੋਟਾਂ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜਿਹੜਾ ਪਿੰਡਾਂ ਸ਼ਹਿਰਾਂ 'ਚ ਵੜਨਾ ਉਹਨਾਂ ਦਾ ਮੁਸ਼ਕਲ ਕਰ ਦਾਂਗੇ। ਠੀਕ ਹੈ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ।
The Fact News.